ਗਰੀਬਾਂ ਨੂੰ ਕੌਣ ਪੁੱਛਣ ਡਿਆ ਤੇ ਕੀ ਇਹਨਾਂ ਕੀ ਕੀਤਾ, ਇਹਨਾਂ ਦਾ ਬੇੜਾ ਗਰਕ ਕਰਤਾ ਸਾਡੇ ਲੋਕ ਪੰਜਾਬ ਦਾ, ਕੀ ਰਹਿ ਗਿਆ? ਕੋਈ ਸਰਕਾਰੀ ਨੌਕਰੀ ਹੈਗੀ? ਕੁਛ ਨਹੀਂ ਹੈਗਾ ਸਾਹਿਬ ਬਹਾਦਰ, ਧੱਕੇ ਜਾਈ ਕਰਨ ਡੀਆਂ ਸਰਕਾਰਾਂ। ਵੋਟ ਫਿਰ ਉਦੋਂ ਹੀ ਪਾਉਣੀ ਪੈਂਦੀ ਹੈ ਜਦੋਂ ਚੰਗਾ ਬੰਦਾ ਹੋਏ ਤੇ ਮਾੜੇ ਨੂੰ ਪਾ ਕੀ ਕਰਨੀ ਹੈ ਨੀ। ਅਸੀਂ ਧੱਕੇ ਖਾਣ ਡੇ ਇੱਥੇ ਸਰਪੰਚ ਦੇ ਮਗਰ ਮਗਰ, ਮੈਂ ਚੰਗਾ ਤਾਂ ਸਾਨੂੰ ਕੋਈ ਲੱਗ ਰਿਹਾ ਅਜੇ ਤੱਕ। ਕੀ ਲੱਗਦਾ ਜਿਹੜਾ ਬਦਲਾਅ ਦੇ ਨਾਂ ਦੇ ਉੱਤੇ ਸਰਕਾਰ ਆਈ, ਕੋਈ ਬਦਲਾਅ ਵੀ ਹੋਏ ਨੇ? ਹੁਣ ਤਾਂ ਕੋਈ ਸਮਝ ਨਹੀਂ ਲੱਗੀ ਬਦਲਾਅ ਦੇ ਤਾਂ ਕੋਈ ਹੈ ਨਹੀਂ ਕੋਈ। ਕਿਹੜੇ ਕੰਮ ਕੀਤੇ ਨੇ? ਹਾਂ ਕੀ ਨਹੀਂ ਕੀਤਾ, ਕਿਹਨੇ ਕੀਤਾ? ਬਾਦਲਾਂ ਦੇ ਲੱਗੀ ਦੀਆਂ ਜੋ ਵੀ ਕੰਮ ਆ, ਬਾਦਲ ਦਾਜ ਪ੍ਰਥਾ ਚੱਲੀ, ਸਾਈਕਲ ਵੰਡੇ, ਕਣਕਾਂ ਲਾਈਆਂ, ਤੇ ਕਿਹਨੇ ਲਾਈਆਂ? ਬਾਦਲਾਂ ਨੇ ਬਿੱਲ ਮਾਫ ਕੀਤੇ, ਇਹ ਕਹਿੰਦੇ ਬਾਦਲਾਂ ਕੀ ਦਾਜ ਪ੍ਰਥਾ ਚਲਾਈ ਬਾਦਲਾਂ। ਇਹ ਸਰਕਾਰ ਆਈ ਇਹਨੇ ਬਦਲਾਅ, ਇਹਨੇ ਤਾਂ ਮਾਰਤਾ 4 ਸਾਲ ਨੌਕਰੀ ਕਰਤੀ, ਕੀ ਕਰਤਾ? ਉਹ ਦੁੱਤੀ ਦੁਖੀ ਹੋ ਸਰਕਾਰ ਤੋਂ, ਦੁੱਖ ਪਾਉਣ ਦਾ ਕੋਈ ਮੁੱਲ ਨਹੀਂ ਭਾਜੀ। ਝਾੜੂ ਨੂੰ ਕਿੱਦਾਂ ਚੁੱਕਿਆ ਸੀ, ਝਾੜੂ ਨੂੰ ਕਿੱਦਾਂ ਚੁੱਕਿਆ ਸੀ, ਕੋਈ ਆਂਦਾ ਸੀ? ਸਾਰੀਆਂ ਸੀਟਾਂ ਲੱਗ ਗਈਆਂ, ਬੇੜਾ ਹੀ ਗਿਰਕ ਕਰ ਦਿੱਤਾ ਇਹਨਾਂ ਨੇ। ਕੈਂਡੀਡੇਟ ਵੀ ਚੰਗਾ ਹੋਵੇ, ਪਾਰਟੀ ਵੀ ਚੰਗੀ ਹੋਵੇ, MLA ਵੀ ਚੰਗਾ ਹੋਵੇ, ਮੰਤਰੀ ਵੀ ਚੰਗਾ ਹੋਵੇ, ਪਰ ਆਪਾਂ ਅਕਾਲੀ ਦਲ ਨੂੰ ਹੀ ਵੋਟ ਪਾਵਾਂਗੇ। ਪਰ ਆਪਾਂ ਜਿਹੜੀ ਵੋਟ ਆ, ਅਸੀਂ ਕੱਟੜ ਅਕਾਲੀ ਦਲ ਆ, ਅਸੀਂ ਅਕਾਲੀ ਦਲ ਨੂੰ ਵੋਟ ਪਾਵਾਂਗੇ, ਭਾਵੇਂ ਸਾਡੇ ਵੱਲੋਂ ਚਿਹਰਾ ਅਕਾਲੀ ਦਲ ਦਾ ਜਿਹੜਾ ਮਰਜ਼ੀ ਖੜਾ ਹੋਵੇ। ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਔਰ ਜੇਕਰ ਗੱਲ ਕਰੀਏ ਲੋਕ ਸਭਾ ਹਲਕਾ ਗੁਰਦਾਸਪੁਰ ਤਾਂ ਗੁਰਦਾਸਪੁਰ ਦੀ ਜਨਤਾ ਕੀ ਆਉਂਦੀ ਹੈ ਸਭ ਦੇ ਲਈ ਗੱਲਬਾਤ ਕਰਨ ਲਈ ਅਸੀਂ ਇਸ ਵਕਤ ਪਹੁੰਚੇ ਹਾਂ ਗੁਰਦਾਸਪੁਰ ਦੇ ਬੱਸ ਸਟੈਂਡ ਵਿਖੇ ਔਰ ਇੱਥੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਕੀ ਮੰਨਦੇ ਹੋ, ਕਿਸ ਤਰ੍ਹਾਂ ਦਾ ਜਿਹੜਾ ਕੈਂਡੀਡੇਟ ਹੋਣਾ ਚਾਹੀਦਾ, ਜਾਂ ਮਨ ਦੇ ਵਿੱਚ ਜਦੋਂ ਵੋਟ ਕਰਨ ਜਾਂਦੇ ਹੋ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਵਿਚਾਰ ਹੁੰਦੇ ਨੇ ਕਿ ਕੈਂਡੀਡੇਟ ਨੂੰ ਲੈ ਕੇ ਵੋਟ ਪਾਉਂਦੇ ਹੋ, ਪਾਰਟੀਜ਼ ਨੂੰ ਲੈ ਕੇ ਵੋਟ ਪਾਉਂਦੇ ਹੋ, ਜਾਂ ਕੋਈ ਮੁੱਦੇ ਜਿਹੜੇ ਦਿਮਾਗ ਦੇ ਵਿੱਚ? ਭਾਜੀ ਗੱਲ ਇੱਦਾਂ ਵਾ ਵੀ ਜਿੱਥੋਂ ਤੱਕ ਵੋਟਾਂ ਦਾ ਮਾਮਲਾ ਹੈ ਨਾ, ਜੇ ਤਾਂ ਆਪਾਂ ਯੂਥ ਵੱਲ ਦੇਖਦੇ ਨਾ, ਤਾਂ ਕੈਂਡੀਡੇਟ ਕੋਈ ਇੱਦਾਂ ਦਾ ਬੰਦਾ ਚਾਹੀਦਾ ਜਿਹੜਾ ਯੂਥ ਬਾਰੇ ਸੋਚੇ। ਸਾਡੇ ਇੱਥੇ ਨਸ਼ਾ ਇੰਨਾ ਕੁ ਵੱਧ ਗਿਆ, ਨੌਕਰੀਆਂ ਲੋਕਾਂ ਕੋਲ ਹੈ ਨਹੀਂ, ਕੋਈ ਜਿਹੜਾ ਵੀ ਕੈਂਡੀਡੇਟ ਬਣਦਾ ਵਾ ਯੂਥ ਬਾਰੇ ਕੋਈ ਸੋਚਦਾ ਹੀ ਨਹੀਂ, ਅਤੇ ਜੇ ਕੋਈ ਨੌਕਰੀ ਵੱਲ ਜਾਂ ਦੂਜਾ ਬਣੇ ਜਾਂਦਾ ਨਾ, ਪੈਸੇ ਦਾ ਮੁੱਦਾ ਸਭ ਤੋਂ ਪਹਿਲਾਂ ਆ ਜਾਂਦਾ, ਅਤੇ ਬੇਰੁਜ਼ਗਾਰੀ ਇੰਨੀ ਕੁ ਵਧੀਆ, ਪੈਸਾ ਕਿਸੇ ਕੋਲ ਹੈ ਨਹੀਂ, ਨਾ ਨੌਕਰੀ ਮਿਲਦੀ ਆ, ਲੋਕ ਫਿਰ ਕੀ ਕਰਦੇ ਨਸ਼ਿਆਂ ਵੱਲੋਂ ਤੁਰ। ਬੇਰੁਜ਼ਗਾਰੀ ਦਾ ਮੁੱਦਾ ਜਿਹੜਾ ਭਾਰੀ ਆ, ਬਹੁਤ ਜ਼ਿਆਦਾ ਭਾਰੀ ਆ ਜੀ, ਬੇਰੁਜ਼ਗਾਰੀ ਦਾ ਮੁੱਦਾ ਜਿਹੜਾ ਬਹੁਤ ਜ਼ਿਆਦਾ ਭਾਰੀ ਆ, ਉਹਦੇ ਕਰਕੇ ਜੁੜਿਆ ਕਿ ਲੋਕ ਜਦੋਂ ਬੇਰੁਜ਼ਗਾਰੀ ਆ, ਲੋਕਾਂ ਕੋਲ ਜਿਹੜਾ ਕੋਈ ਰੁਜ਼ਗਾਰੀ ਹੈ ਨਹੀਂ, ਕਮਾਈ ਦਾ ਸਾਧਨ ਨਹੀਂ, ਜਿਹੜੇ ਯੂਥ ਆ, ਜਿਹੜਾ ਯੰਗ ਬਲੱਡ ਲੜਕੇ ਆ, ਉਹ ਨਸ਼ਿਆਂ ਵੱਲ ਨੂੰ ਤੁਰੇ ਜਾਂਦੇ ਆ। ਜਿਹੜੀ ਸਰਕਾਰ ਬਦਲਾਅ ਦੇ ਨਾਂ ਦੇ ਉੱਤੇ ਆਈ ਸੀ, ਕੀ ਕੁਝ ਹੋਇਆ ਬਦਲਾਅ? ਬਦਲਾਅ ਜੀ ਸਾਰੀ ਦੁਨੀਆ ਦੇ ਸਾਹਮਣੇ ਹੀ ਆ, ਬਦਲਾਅ ਕਿੰਨਾ ਕੁ ਹੋਇਆ ਪਤਾ ਲੱਗਿਆ, ਜਾਂ ਨਸ਼ਾ ਤਾਂ ਘਟਿਆ ਨਹੀਂ, ਨਸ਼ਾ ਤਾਂ ਉਨਾ ਹੀ ਆ, ਲੋਕ ਜਿੰਨਾ ਪਹਿਲਾਂ ਕਰਦੇ ਸਗੋਂ ਜ਼ਿਆਦਾ ਕਰਦੇ। ਪਹਿਲਾਂ ਜਿਹੜਾ ਵਾ ਕੋਈ ਲੋਕ ਸਭ ਕੇ ਕਰਦਾ, ਹੁਣ ਤਾਂ ਸ਼ਰਿਆਮ ਹੋ ਗਿਆ ਕੰਮ। ਬਿਲਕੁਲ ਬਿਲਕੁਲ, ਬੇਰੁਜ਼ਗਾਰੀ ਦਾ ਵੱਡਾ ਮੁੱਦਾ ਹੈ, ਨਸ਼ੇ ਦਾ ਵੱਡਾ ਮੁੱਦਾ ਹੈ, ਕੀ ਮੰਨਦੇ ਹੋ ਵੋਟਾਂ ਆ ਗਈਆਂ ਨੇ ਸਿਰ ਦੇ ਉੱਤੇ, ਕੀ ਲੱਗਦਾ ਮਨ ਦੇ ਵਿੱਚ ਕਿ ਅਜਿਹਾ ਕੈਂਡੀਡੇਟ ਜਿਹੜਾ ਹੋਵੇ, ਜਾਂ ਤੁਹਾਡੇ ਜ਼ਹਿਨ 'ਚ ਜਦੋਂ ਵੋਟ ਪਾਉਣ ਜਾਂਦੇ ਹੋ ਕੈਂਡੀਡੇਟ ਨੂੰ ਵੇਖਦੇ ਹੋ, ਜਾਂ ਪਾਰਟੀ ਨੂੰ ਵੇਖਦੇ, ਜਾਂ ਕੋਈ ਕੰਮ ਵੇਖਦੇ ਹੋ? ਕੰਮ ਵੀ ਵੇਖੀਦਾ ਹੈ, ਵੱਧ ਤੋਂ ਵੱਧ ਸਿੱਖਿਆ ਪ੍ਰਵਾਨ ਕਰਾਉਣੀ ਚਾਹੀਦੀ ਆ ਯੂਥ ਨੂੰ, ਅਤੇ ਵੱਧ ਤੋਂ ਵੱਧ ਨੌਕਰੀਆਂ ਅਵੇਲੇਬਲ ਕਰਨੀਆਂ ਚਾਹੀਦੀਆਂ। ਐਜੂਕੇਸ਼ਨ ਦਾ ਕੋਈ ਵੱਡਾ ਇੰਸਟੀਟਿਊਟ ਚਾਹੀਦਾ? ਹਾਂਜੀ ਜ਼ਰੂਰ। ਹਾਂ ਬਿਲਕੁਲ, ਦੇਖੋ ਬੇਰੁਜ਼ਗਾਰੀ ਦੀ ਗੱਲ ਹੈ, ਐਜੂਕੇਸ਼ਨ ਦੇ ਵੱਡੇ ਇੰਸਟੀਚਿਊਟ ਦੀ ਗੱਲ ਹੈ, ਕਿ ਵੱਡਾ ਇੰਸਟੀਚਿਊਟ ਹੋਣਾ ਚਾਹੀਦਾ ਕੋਈ ਐਜੂਕੇਸ਼ਨ ਦਾ। ਹੋਰ ਵੀ ਲੋਕ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਕੀ ਮੰਨਦੇ ਹੋ ਵੋਟ ਪਾਉਣ ਜਾਂਦੇ ਜਦੋਂ ਮਨ ਦੇ ਵਿੱਚ ਕੀ ਹੁੰਦਾ ਕਿ ਚੰਗਾ ਬੰਦਾ ਹੋਵੇ, ਚੰਗੀ ਪਾਰਟੀ ਹੋਵੇ, ਜਾਂ ਕੋਈ ਮੁੱਦੇ ਜਿਹੜੇ ਨੇ ਮਨ ਦੇ ਵਿੱਚ ਹੁੰਦੇ ਨੇ ਕਿ ਜਦੋਂ ਵੋਟ ਪਾਉਣੀ? ਵੋਟ ਫਿਰ ਉਦੋਂ ਹੀ ਪਾਉਣੀ ਪੈਂਦੀ ਹੈ ਜਦੋਂ ਚੰਗਾ ਬੰਦਾ ਹੋਏ ਤੇ ਮਾੜੇ ਨੂੰ ਪਾ ਕੀ ਕਰਨੀ ਹੈ ਕਿ ਨਹੀਂ। ਅਸੀਂ ਧੱਕੇ ਖਾਣ ਡੇ ਇੱਥੇ ਸਰਪੰਚ ਦੇ ਮਗਰ ਮਗਰ। ਹਾਂਜੀ ਮੈਂ ਚੰਗਾ ਤਾਂ ਸਾਨੂੰ ਕੋਈ ਲੱਗ ਰਿਹਾ ਅਜੇ ਤੱਕ। ਕੀ ਲੱਗਦਾ ਜਿਹੜਾ ਬਦਲਾਅ ਦੇ ਨਾਂ ਦੇ ਉੱਤੇ ਸਰਕਾਰ ਆਈ, ਕੋਈ ਬਦਲਾਅ ਵੀ ਹੋਏ ਨੇ? ਹੁਣ ਤਾਂ ਕੋਈ ਸਮਝ ਨਹੀਂ ਲੱਗੀ ਬਦਲਾਅ ਦੇ ਤਾਂ ਕੋਈ ਹੈ ਨਹੀਂ ਕੋਈ। ਵੋਟਾਂ ਆ ਗਈਆਂ ਨੇ ਸਿਰ 'ਤੇ, ਫਿਰ ਆਪਾਂ MP ਚੁਣਨਾ ਹੈ, ਕੀ ਕੋਈ ਪਿਛਲਿਆਂ ਨੇ ਕੰਮ ਕੀਤੇ ਨੇ? ਪਿਛਲੇ ਕਰਦੇ ਰਹੇ ਆ। ਹੁਣ ਕੀ ਲੱਗਦਾ ਇਸ ਵਾਰੀ ਕੀ ਰੁਝਾਨ ਲੱਗਦਾ? ਅਜੇ ਕੋਈ ਨਹੀਂ ਪਤਾ ਲੱਗਦਾ।
ਅਜੇ ਕੋਈ ਨਹੀਂ ਪਤਾ ਲੱਗਣਾ। ਉਹ ਵਧੀਆ ਸਾਹਿਬ ਬਹਾਦਰ ਜੀ, ਕੋ ਹਾਲ ਥੋੜ੍ਹਾ, ਗਰੀਬਾਂ ਨੂੰ ਕੌਣ ਪੁੱਛਣ ਡਿਆ? ਇੱਥੇ ਆ ਚੰਗੇ ਭਲੇ ਬੰਦੇ ਧੱਕੇ ਖਾਂਦੇ ਫਿਰਨ ਡੇ, ਬੱਸਾਂ 'ਤੇ ਨੌਕਰੀਆਂ ਕਰਦੇ ਫਿਰਦੇ ਆ, ਅਤੇ ਕੀ ਇਹਨਾਂ ਕੀ ਕੀਤਾ, ਇਹਨਾਂ ਦਾ ਬੇੜਾ ਗਰਕ ਕਰਤਾ ਸਾਡੇ ਲੋਕ ਪੰਜਾਬ ਦਾ? ਕੀ ਰਹਿ ਗਿਆ, ਕੋਈ ਸਰਕਾਰੀ ਨੌਕਰੀ ਹੈਗੀ? ਕੁਛ ਨਹੀਂ ਹੈਗਾ ਸਾਹਿਬ ਬਹਾਦਰ, ਬਾਕੀ ਕੋਈ ਗੱਲ ਨਹੀਂ। ਆਉਂਦੇ ਵਾਅਦੇ ਕੀਤੇ ਨੇ ਵੱਡੇ ਵੱਡੇ ਜਿਹੜੇ ਕਿ ਪੂਰੇ, ਕਾਹਦੇ ਵਾਅਦੇ ਕਰਨ, ਕਾਹਦੇ ਟੁਕੜੇ ਵੀ ਕੀਤੇ, ਉਹ ਵੀ ਧੋਖਾ ਦੇ ਗਈ ਆ। ਵਾਅਦੇ ਇਹਨਾਂ ਸਾਹਿਬ ਜੀ ਕਾਹਦੇ ਕੀਤੇ ਆ? ਕੀ ਕੀਤਾ ਵਾ, ਗਰੀਬਾਂ ਨੂੰ ਦਿੱਤਾ ਕੁਛ? ਕੀ ਦਿੱਤਾ, ਗਰੀਬ ਤੇ ਰੋਣ ਡੇ, ਜਿਹੜੇ ਤਗੜੇ ਲੋਕਾਂ ਦੇ ਕਾਰਡ ਬਣੇ, ਕਈਆਂ ਦੇ ਕਾਰਡ ਹੀ ਨਹੀਂ ਬਣੇ, ਉਹਨਾਂ ਨੂੰ ਕਣਕ ਹੀ ਨਹੀਂ ਮਿਲ ਰਹੀ। ਕਾਰਡ ਦੀ, ਨੀਲੇ ਕਾਰਡਾਂ ਦੀ ਗੱਲ ਕਰਦੇ, ਜਿਹੜੀ ਜਿਹੜੀ ਅਕਾਲੀ ਸਰਕਾਰ ਨੇ ਬਣਾਏ, ਜਿਹੜੇ ਦਾਲ ਆਟਾ ਸਕੀਮ ਇਹਨਾਂ ਲੋਕਾਂ 'ਚ ਲਾਗੂ ਕੀਤੀ ਸੀ, ਕੀ ਆ ਆਪਣੇ ਗਏ ਆ ਭਰਨ ਡੇ ਆ, ਧੱਕੇਸ਼ਾਹੀ ਕਰਨ ਡੀਆਂ ਸਰਕਾਰਾਂ। ਇਹ ਹੁਣ ਇਹ ਮੁੱਦੇ ਜਿਹੜੇ ਦਿਮਾਗ 'ਚ ਲੈ ਕੇ ਜਾਓਗੇ ਜਦੋਂ ਵੋਟ ਪਾਓ? ਵੋਟ ਕਾਹਦੀ, ਵੋਟਾਂ ਬਹੁਤ ਅੱਧੇ ਲੋਕਾਂ ਪਾਉਣੀਆਂ ਹੀ ਨਹੀਂ ਗੀਆਂ, ਜਿਹਨਾਂ ਨੂੰ ਮਿਲਦਾ ਵੋਟ ਤਾਂ ਪਾਉਣੀ ਚਾਹੀਦੀ ਨਾ ਅਸੀਂ ਜਿੱਤੇ। ਤੁਸੀਂ ਦੁਖੀ ਹੋ ਸਰਕਾਰ ਤੋਂ? ਦੁਖੀ ਪਾਉਣ ਦਾ ਕੋਈ ਮੁੱਲ ਨਹੀਂ ਭਾਜੀ, ਝਾੜੂ ਨੂੰ ਕਿੱਦਾਂ ਚੁੱਕਿਆ ਸੀ, ਝਾੜੂ ਨੂੰ ਕਿੱਦਾਂ ਚੁੱਕਿਆ ਸੀ, ਕੋਈ ਆਂਦਾ ਸੀ? ਸਾਰੀਆਂ ਸਾਰੀਆਂ ਸੀਟਾਂ ਲੱਗ ਗਈਆਂ, ਬੇੜਾ ਹੀ ਗਿਰਕ ਕਰ ਦਿੱਤਾ ਇਹਨਾਂ ਨੇ। ਨਿਰਾਸ਼ ਹੋ ਤੁਸੀਂ ਸਰਕਾਰ ਦੀ? ਸਭ ਸਰਕਾਰ ਤੋਂ ਨਿਰਾਸ਼। ਕੀ ਮੰਨਦੇ ਹੋ, ਵੋਟਾਂ ਸਿਰ ਦੇ ਉੱਤੇ ਆ ਗਈਆਂ ਨੇ, ਚੰਗਾ ਕੈਂਡੀਡੇਟ ਹੋਣਾ ਚਾਹੀਦਾ, ਚੰਗੇ ਮੁੱਦੇ ਹੋਣੇ ਚਾਹੀਦੇ, ਜਾਂ ਜਿਹੜੀ ਬਾਹ ਫੜੇ ਲੋਕਾਂ ਦੀ, ਜਾਂ ਕੀ ਮੰਨਦੇ ਜ਼ਹਿਨ ਦੇ ਵਿੱਚ ਆਉਂਦਾ ਜਦੋਂ ਵੋਟ ਪਾਉਣ ਜਾਂਦੇ, ਜਾਂ ਕੀ ਲੱਗਦਾ ਕਿ ਇਸ ਵਾਰੀ ਕੀ ਰੁਝਾਨ ਰਹੇਗਾ? ਦੇਖੋ ਜੀ, ਕਾਂਗਰਸ ਤੋਂ ਵੀ ਲੋਕੀ ਦੁਖੀ ਸੀ, BJP ਤੋਂ ਵੀ ਦੁਖੀ ਸੀ, ਤਾਂ ਆਮ ਆਦਮੀ ਨੂੰ ਮੌਕਾ ਦਿੱਤਾ ਤਾਂ ਉਹਦੇ ਤੋਂ ਵੀ ਦੁਖੀ ਬੈਠੇ ਸਾਰੇ। ਹੁਣ ਕਰੀਏ ਕੀ, ਬੇਰੁਜ਼ਗਾਰੀ ਬਹੁਤ ਜ਼ਿਆਦਾ, ਮਤਲਬ ਬਦਲਾਅ ਜਿਹੜਾ ਕਹਿ ਕੇ ਲਿਆਂਦਾ ਸੀ ਉਹ ਹੋਇਆ ਨਹੀਂ, ਹੋਇਆ ਨਹੀਂ ਹੈ ਬਿਲਕੁਲ। ਸਰਕਾਰ ਬੇਕਾਰ ਨਿਕਲੀ, ਕੋਈ ਬਦਲਾਅ ਨਹੀਂ ਹੋਇਆ, ਕੋਈ ਰੁਜ਼ਗਾਰ ਨਹੀਂ ਕਿਸੇ, ਕੁਛ ਨਹੀਂ, ਅੱਗੇ ਨਾਲ ਵੀ ਮਾੜਾ ਹਾਲ ਹੋ ਗਿਆ। ਹੋਰ ਲੋਕਾਂ ਨਾਲ ਵੀ ਇੱਥੇ ਗੱਲ ਕਰਦੇ ਹਾਂ ਕਿ ਉਹਨਾਂ ਦਾ ਮਹਿਣਾ ਕੀ ਮੰਨਦੇ ਆ, ਕਿ ਵੋਟਾਂ ਜਿਹੜੀਆਂ ਨੇ ਉਹ ਆਈਆਂ ਨੇ ਕੀ ਮਨ ਦੇ ਵਿੱਚ, ਜ਼ਹਿਨ ਦੇ ਵਿੱਚ ਰਹਿੰਦਾ ਹੈ? ਫੈਮਿਲੀਜ਼ ਵਾਲੇ, ਪਰਿਵਾਰ ਵਾਲੇ ਲੋਕ ਬੈਠੇ ਨੇ ਇੱਥੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਵੋਟਾਂ ਆ ਗਈਆਂ, ਵੋਟ ਬਣ ਗਈ ਹੈ? ਵੋਟ ਬਣੀ ਹੈ? ਹਾਲੇ ਵੋਟ ਨਹੀਂ ਬਣੀ ਇਹਨਾਂ ਦੇ ਨੌਜਵਾਨ ਯੰਗਸਟਰਸ ਦੀ, ਇੱਥੇ ਹੋਰ ਜਿਹੜੇ ਬੈਠੇ ਨੇ ਲੋਕ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਵੋਟਾਂ ਆ ਗਈਆਂ ਨੇ ਸਿਰ 'ਤੇ, ਕੀ ਲੱਗਦਾ ਕਿ ਚੰਗਾ ਬੰਦਾ ਹੋਣਾ ਚਾਹੀਦਾ, ਚੰਗੀ ਪਾਰਟੀ ਹੋਣੀ ਚਾਹੀਦੀ ਜਿਹੜੀ ਲੋਕਾਂ ਦੀ ਸੇਵਾ ਕਰੇ ਜਾਂ ਕੰਮ ਕਰੇ, ਜਾਂ ਕਿਸ ਤਰ੍ਹਾਂ ਦੇ ਮਨ ਦੇ ਵਿੱਚ ਜਦੋਂ ਤੁਸੀਂ ਵੋਟ ਪਾਉਣ ਅੱਗੇ ਵੀ ਜਾਂਦੇ ਹੋਵੋਗੇ, ਕੀ ਮਨ ਦੇ ਵਿੱਚ, ਜ਼ਹਿਨ ਦੇ ਵਿੱਚ ਕੀ ਹੁੰਦਾ ਹੈ, ਜੋ ਕਿ ਜਾਂ ਕਿ ਕਿਹੜੇ ਮੁੱਦੇ ਭਾਰੀ ਰਹਿੰਦੇ ਨੇ ਆਪਣੇ? ਵੋਟਾਂ ਤਾਂ ਹਰ ਵਾਰ ਆਉਂਦੀਆਂ ਨੇ, ਹਰ ਵਾਰ ਚਲੇ ਜਾਂਦੀਆਂ ਨੇ, ਜਿੱਦਾਂ ਦੇ ਉਹ ਵਾਅਦੇ ਕਰਦੇ ਆ, ਜੇ ਤਾਂ ਉਹ ਵਾਅਦੇ 'ਤੇ ਖਰੇ ਉਤਰਨ ਫਿਰ ਤਾਂ ਜਨਤਾ ਦਾ ਕਲਿਆਣ ਹੋ ਜਾਏਗਾ। ਕੀ ਮੰਨਦੇ ਹੋ ਕਿ ਜਿਹੜੀ ਸਰਕਾਰ ਵਾਅਦੇ ਕਰਕੇ ਬਦਲਾਅ ਦੇ ਰੂਪ 'ਚ ਆਈ, ਵਾਅਦੇ ਪੂਰੇ ਨਹੀਂ ਹੋ ਸਕੇ? ਬਿਲਕੁਲ ਨਹੀਂ ਹੋਏ, ਹਮੇਸ਼ਾ ਹੀ। ਕੀ ਲੱਗਦਾ ਗੁਰਦਾਸਪੁਰ ਦੇ ਕਿਹੜੇ, ਮਤਲਬ ਬੇਰੁਜ਼ਗਾਰ, ਜਿਵੇਂ ਨੌਜਵਾਨਾਂ ਨੇ ਕਿਹਾ ਕਿ ਨਾ ਬੇਰੁਜ਼ਗਾਰੀ ਦੂਰ ਹੋਈ ਹੈ, ਨਾ ਕੋਈ ਉਹਨਾਂ ਨੂੰ ਕੋਈ ਵਧੀਆ ਇੱਥੇ ਪੜ੍ਹਾਈ ਵਾਲਾ ਕੋਈ ਐਜੂਕੇਸ਼ਨ ਸੈਕਟਰ ਹੈ, ਜਾਂ ਤੁਸੀਂ ਕੀ ਕਹਿਣਾ ਚਾਹੋ? ਦੇਖੋ, ਇਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਕੋਈ ਜਿਹੜਾ ਮਤਲਬ ਕੋਈ ਇਹੋ ਜਿਹਾ ਇੰਸਟੀਚਿਊਟ ਨਹੀਂ, ਜਾਂ ਇਹੋ ਜਿਹਾ ਕਾਲਜ ਨਹੀਂ, ਜਾਂ ਇਹੋ ਜਿਹੀ ਕੋਈ ਮਤਲਬ ਆਉਣ ਜਾਣ ਦਾ ਕੋਈ ਸਾਧਨ ਨਹੀਂ ਹੈਗਾ, ਜਿਹਦੇ ਕਰਕੇ ਬੱਚੇ ਜਿਹੜੇ ਕੋਈ ਚੰਗਾ ਸਟੈਪ ਲੈ ਕੇ ਕੋਈ ਆਪਣੀ ਜ਼ਿੰਦਗੀ ਬਣਾ ਸਕੇ। ਇਸ ਵਾਰੀ ਇਹ ਮੁੱਦੇ ਸਾਰੇ ਜ਼ਹਿਨ 'ਚ ਰੱਖ ਕੇ ਵੋਟ ਪਾਓਗੇ? ਉਹ ਲੋਕ ਹਰ ਵਾਰ ਜ਼ਹਿਨ 'ਚ ਨੇ, ਪਰ ਗੱਲ ਹੈ ਕਿ ਹਰ ਵਾਰੀ ਇਹੋ ਕੰਮ ਹੋ ਜਾਂਦਾ ਠੱਗਵਾ ਜੀ। ਇਹ ਸਨ ਉਹ ਲੋਕ ਜਿਹਨੇ ਕਹਿ ਰਹੇ ਨੇ ਕਿ ਇਸ ਵਾਰੀ ਜਿਹੜੀ ਹੈ ਵੋਟ ਸਾਰੀ ਮੁੱਦਿਆਂ ਨੂੰ ਦਿਮਾਗ ਦੇ ਵਿੱਚ ਰੱਖ ਕੇ ਜਿਹੜੀ ਹੈ ਉਹ ਪਾਈ ਜਾਵੇਗੀ। ਫਿਲਹਾਲ ਮੈਂ ਤਾਂ ਦੱਸਣਾ ਚਾਹਾਂਗਾ ਕਿ ਲੋਕ ਜਿਹੜੇ ਨੇ ਇਸ ਵਕਤ ਨਿਰਾਸ਼ ਜਿਹੜੇ ਨੇ ਉਹ ਜ਼ਰੂਰ ਸਰਕਾਰ ਤੋਂ ਦਿਖਾਈ ਦੇ ਰਹੇ ਨੇ, ਜਿਵੇਂ ਲੋਕਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਬਦਲਾਅ ਦੇ ਨਾਂ ਲੈ ਕੇ ਜਿਹੜੀ ਹੈ ਸਰਕਾਰ ਹੋਂਦ ਵਿੱਚ ਆਈ ਪਰ ਪੂਰੇ ਨਹੀਂ ਹੋ ਸਕੇ ਵਾਅਦੇ। ਕੀ ਮੰਨਦੇ ਹੋ ਕਿ ਪਾਰਟੀ ਚੰਗੀ ਹੋਵੇ, ਕੈਂਡੀਡੇਟ ਚੰਗਾ ਹੋਵੇ, ਜਾਂ ਮੁੱਦੇ ਜਿਹੜੇ ਭਾਰੀ ਰਹਿਣਗੇ, ਜਾਂ ਮਨ ਦੇ ਵਿੱਚ ਵੋਟ ਪਾਉਣ ਜਦੋਂ ਜਾਂਦੇ ਕੀ ਜਾਣ? ਮੁੱਦਾ ਭਾਅ ਜੀ, ਕੋਈ ਪਾਰਟੀ ਜਾਂ ਲੀਡਰ ਕੋਈ ਚੰਗਾ ਆਏ ਉਹਨੂੰ ਵੀ ਵੋਟ ਕਰਨ ਦਾ ਫਾਇਦਾ ਜੇ? ਇਹ ਥੋੜ੍ਹੀ ਜਿਹੀ ਹੁਣ ਸਾਰੇ ਜਣੇ ਇੱਕ ਜਗ੍ਹਾ ਇਕੱਠੇ ਹੋ ਜਾਣਗੇ, ਅਸੀਂ ਭਾਈ ਇਕੱਠੇ ਹੋਏ ਤਾਂ ਇੱਕ ਬੰਦਾ ਇਕੱਲਾ ਹੋਏ ਤਾਂ ਉਹਨੂੰ ਕਹਿ ਕੇ ਦੂਸਰਾ ਹੋਣ, ਉਹ ਤੁਸੀਂ ਆਪ ਹੀ ਸਿਆਣੇ ਹੋ। ਪਹਿਲਾਂ ਕੀ ਲੱਗਦਾ ਜਿਹੜਾ ਜਿਵੇਂ ਬਦਲਾਅ ਦੇ ਨਾਂ 'ਤੇ ਰਾਈਆਂ ਇਹ ਪੂਰੇ ਕੰਮ ਹੋ ਸਕੇ? ਕੋਈ ਵੀ ਨਹੀਂ ਕੰਮ ਹੋਇਆ ਜੀ, ਜਿਹੜੇ ਕੰਮ ਹੋਇਆ ਧਰਨੇ ਬਜ਼ਾਰੇ ਕਰਨ ਦੀ ਲੋੜ ਨਾ ਪੈਂਦੀ ਕਿਸੇ ਨੂੰ, ਫਿਰ ਕੰਮ ਉਹਦਾ ਹੀ ਚੱਲੀ ਜਾਂਦਾ,
ਤੇ ਅੱਜ ਵੀ ਉਹ ਧਰਨੇ ਵਿਚਾਰੇ ਇਹ ਆਉਂਦੇ ਨੇ ਧਰਨੇ ਵਿਚਾਰੇ ਚੱਲਦੇ ਨੇ, ਕੰਮ ਕੋਈ ਨਹੀਂ ਹੋਇਆ, ਧਰਨੇ ਚੱਲਦੇ ਆ, ਕੋਈ ਫਾਇਦਾ ਨਹੀਂ ਹੋਇਆ ਬਦਲਾ ਕਰਨ ਦਾ, ਕੋਈ ਫਾਇਦਾ ਨਹੀਂ, ਕੋਈ ਫਾਇਦਾ ਹੁਣ ਐਤਕਾ ਕੀ ਮਨ ਦੇ ਵਿੱਚ ਜਾਣ ਕੀ ਰੁਝਾਨ ਲੱਗਦਾ ਯਾਰ, ਕੀ ਫਿਰ ਇਹਨਾਂ ਦਾ ਬਦਲਿਆ ਜਾਊਗਾ ਕੰਮ ਹੈ, ਜਿੱਦਾਂ ਪਹਿਲੇ ਇਹਨਾਂ ਨੇ ਬਦਲਿਆ ਰਹੀ ਇਹਨਾਂ ਦਾ ਬਦਲਿਆ ਜਾਊਗਾ ਬਿਲਕੁਲ। ਦੇਖੋ ਉਹਨਾਂ ਨੇ ਕਹਿਣਾ ਕਿ ਕਈਆਂ ਦਾ ਆਪੋ ਆਪਣੀ ਰਾਏ, ਉਹਨਾਂ ਨੇ ਕਹਿਣਾ ਇਹ ਕੰਮ ਹੋਏ ਨੇ, ਉਹ ਕਹਿੰਦੇ ਨੇ ਕੰਮ ਨਹੀਂ ਹੋਏ, ਬਿਲਕੁਲ ਬਦਲਾਅ ਜਿਹੜਾ ਹੈ ਜਿਸ ਤਰ੍ਹਾਂ ਅੱਗੇ ਆਇਆ ਸੀ ਹੁਣ ਬਾਕੀ ਵੀ ਫਿਰ ਬਦਲਾਅ ਆ ਜਾਏਗਾ। ਔਰ ਮੈਂ ਦੱਸਣਾਗਾ ਇਹ ਜਨਤਾ ਦੀ ਜਿਹੜੀ ਆ ਆਵਾਜ਼ ਹੈ ਜਿਹੜੀ ਉਹ ਅਸੀਂ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਗੁਰਦਾਸਪੁਰ ਦੇ ਵਾਸੀਆਂ ਦੀ ਜਿਹੜੇ ਲੋਕ ਨੇ ਜਿਹੜੇ ਵੋਟਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਲੱਗਦਾ ਕਿ ਕੈਂਡੀਡੇਟ ਚੰਗਾ ਹੋਣਾ ਚਾਹੀਦਾ, ਮੁੱਦੇ ਵਧੀਆ ਹੋਣ, ਮੁੱਦੇ 'ਚ ਆਪਣੇ ਹੋਣ ਜਹਿਨ ਦੇ ਵਿੱਚ ਕਿ ਜਾਂ ਪਾਰਟੀਆਂ ਚੰਗੀਆਂ ਹੁੰਦੀਆਂ ਨੇ, ਕੀ ਮਨ ਦੇ ਵਿੱਚ ਆਉਂਦਾ ਜਦੋਂ ਵੋਟ ਕਰਦੇ? ਵੋਟ ਜੋ ਕਰਦੇ ਹਾਂ ਜੀ ਉਦੋਂ ਸਾਨੂੰ ਇਹ ਲੱਗਣਾ ਚਾਹੀਦਾ ਵੀ ਜੋ ਕੈਂਡੀਡੇਟ ਵਧੀਆ ਹੋਣਾ ਚਾਹੀਦਾ, ਔਰ ਜਿਨ ਲੋਕਾਂ ਨੇ ਕੈਂਡੀਡੇਟ ਨੂੰ ਬਣਾ ਕੇ ਭੇਜਿਆ ਅੱਗੇ ਉਹ ਲੋਕਾਂ ਦੀ ਮੁਸ਼ਕਲਾਂ ਨੂੰ ਹੱਲ ਕਰਨ, ਨਾ ਕਿ ਆਪਣੇ ਘਰ ਹੀ ਬਹਿ ਜਾਣ ਔਰ ਆਪਣੇ ਬਾਰੇ ਸੋਚਦੇ ਜਾਣ। ਪਬਲਿਕ ਬਾਰੇ ਸੋਚਣਾ ਚਾਹੀਦਾ, ਜੋ ਮੁਸ਼ਕਲਾਂ ਆ ਰਹੀਆਂ ਨੇ ਪਬਲਿਕ ਨੂੰ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਦੀ ਮੁਸ਼ਕਲਾਂ ਨੂੰ ਸੁਣੋ ਅਤੇ ਉਹ ਹੱਲ ਕਰੋ, ਤਾਂ ਕਿ ਅਗਲੀ ਵਾਰੀ ਜੋ ਤੁਸੀਂ ਫਿਰ ਕੈਂਡੀਡੇਟ ਖੜ੍ਹੇ ਹੁੰਦੇ ਹੋ ਤਾਂ ਕਿ ਤੁਹਾਨੂੰ ਲੋਕ ਹੱਸ ਕੇ ਵੋਟਾਂ ਪਾਉਣ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ ਜਿਹੜੀ ਹੁਣ ਹੋਈ ਸੀ ਬਦਲਾਅ ਦੇ ਨਾਂ ਦੇ ਉੱਤੇ, ਕੀ ਲੱਗਦਾ ਕਿ ਬਦਲਾਅ ਹੋ ਚੁੱਕਾ, ਲੋਕਾਂ ਦੇ ਸਾਰੇ ਕੰਮ ਹੋ ਗਏ? ਮੈਂ ਕਿਹਾ ਬਦਲਾਅ ਬੜਾ ਵਧੀਆ ਹੋਇਆ ਜੀ, ਲੋਲੀਪੋਪ ਅਤੇ ਮਾਨ ਸਾਹਿਬ ਨੇ ਇੱਦਾਂ ਦਿੱਤਾ ਲੋਕਾਂ ਨੂੰ ਵੀ ਕਹਿਣ ਦੀ ਗੱਲ ਨਹੀਂ, ਉਹ ਤਾਂ ਲੋਲੀਪੋਪ 5 ਸਾਲ ਤੱਕ ਸਰਕਾਰ ਮੁੱਕ ਜਾਣੀ ਆ, ਲੋਲੀਪੋਪ ਨਹੀਂ ਮੁੱਕਣਾ ਉਹਨਾਂ ਦਾ, ਠੀਕ ਹੈ ਜੀ। ਔਰ ਬਦਲਾਅ ਜਿਹੜਾ ਕਹਿੰਦੇ ਬਦਲਾਅ ਦੇ ਨਾਂ 'ਤੇ ਲੋਕਾਂ ਨੇ ਵੋਟਾਂ ਪਾਈਆਂ ਨੇ ਵੀ ਬਦਲਾਅ ਲਿਆਉਣਾ ਚਾਹੀਦਾ, ਤੀਸਰੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ, ਤੀਸਰੀ ਪਾਰਟੀ ਹੋ ਸਕਦਾ ਵੀ ਆਮ ਪਬਲਿਕ ਬਾਰੇ ਸੋਚੇ, ਪਰ ਇਹਨਾਂ ਨੇ ਆਮ ਪਬਲਿਕ ਬਾਰੇ ਕੁਛ ਨਹੀਂ ਸੋਚਿਆ ਹੈਗਾ। ਬਿਲਕੁਲ, ਨੌਜਵਾਨਾਂ ਨੇ ਵੀ ਆਖਿਆ ਕਿ ਸਾਡੀ ਬੇਰੁਜ਼ਗਾਰੀ ਦੂਰ ਨਹੀਂ ਹੋਈ, ਮੈਂ ਖੁਦ ਡਿਪੀਆਰ ਕੀਤੀ ਹੈ ਜੀ, ਨੌਕਰੀਆਂ ਤੱਕ ਮਿਲਣੀਆਂ ਗਈਆਂ, ਰੋਟੀ ਪਿਆ। ਇਹ ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕਿ ਕੋਈ ਜਿਹੜਾ ਮੁੱਦਾ ਜਿਹੜਾ ਹੈ ਉਹ ਪੂਰਾ ਨਹੀਂ ਹੋ ਸਕਿਆ। ਲੋਲੀਪੋਪ ਜਿਹੜੇ ਨੇ ਉਹ ਹਰ ਵਾਰੀ ਸਰਕਾਰਾਂ ਜਿਹੜੀਆਂ ਦਿੰਦੀਆਂ ਨੇ, ਪਰ ਜਿਹੜੀ ਹੈ ਕਾਮਯਾਬੀ ਜਿਹੜੀ ਆ ਉਹ ਉਹਨਾਂ ਨੂੰ ਪ੍ਰਵਾਨ ਜਿਹੜੀ ਆ ਉਹ ਨਹੀਂ ਕੀਤੇ ਜਾਂਦੇ। ਔਰ ਇੱਥੇ ਮੈਂ ਦੱਸਾਂ ਹੋਰ ਵੀ ਜਿਹੜੇ ਕਈ ਲੋਕ ਨੇ ਉਹਨਾਂ ਵੀ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਮਤ ਹੈ, ਕੀ ਉਹਨਾਂ ਦਾ ਕਹਿਣਾ ਹੈ ਵੋਟਾਂ ਨੂੰ ਲੈ ਕੇ, ਕਿ ਵੋਟਾਂ ਦਾ ਕੀ ਰੁਝਾਨ ਰਹਿਣ ਵਾਲਾ ਹੈ। ਇਲੈਕਸ਼ਨ ਆ ਗਈ ਹੈ ਯਾਰ, ਵੋਟਾਂ ਆ ਗਈਆਂ ਨੇ, ਕੀ ਮਨ ਦੇ ਵਿੱਚ ਹੁੰਦਾ ਕਿ ਕੈਂਡੀਡੇਟ ਚੰਗਾ ਹੋਵੇ, ਪਾਰਟੀ ਚੰਗੀ ਹੋਵੇ, ਜਾਂ ਮੁੱਦੇ ਜਿਹੜੇ ਨੇ ਉਹ ਭਾਰੀ ਰਹਿੰਦੇ? ਗੱਲ ਦੱਸਾਂ ਕੀ ਹੁੰਦੀ ਹੈ, ਚਲੋ ਮੁੱਦੇ ਵੀ ਭਾਰੀ ਚਾਹੀਦੇ ਅਤੇ ਕੈਂਡੀਡੇਟ ਵੀ ਸਹੀ ਹੋ, ਬਾਕੀ ਇਲੈਕਸ਼ਨ ਆ ਗਈ ਆ। ਪਿਛਲੀ ਵਾਰੀ ਚਲੋ ਸਨੀ ਦਿਓਲ ਸਾਹਿਬ ਨੂੰ ਜਿਤਾ ਕੇ ਘਲਾਇਆ ਸਾਡੇ ਕੋਲ, ਪਰ ਚਲੋ ਨਹੀਂ ਆਏ, ਉਹਨਾਂ ਦੀ ਬੇਵਕੂਫੀ ਆ। ਹੁਣ ਇਸੇ ਕਰਕੇ BJP ਦਾ ਗਾਂਹ ਹੁਣ ਥੋੜ੍ਹਾ ਸਰਕਲ ਡਾਊਨ ਹੋ ਗਿਆ। ਹੁਣ ਇਲੈਕਸ਼ਨ 'ਚ ਆਪਾਂ ਵੋਟ ਉਹਨੂੰ ਪਾਵਾਂਗੇ ਜਿਹੜਾ ਕੈਂਡੀਡੇਟ ਸਾਡਾ ਲੋਕਲ ਹੋਵੇ, ਜਿਵੇਂ ਹੁਣ ਅੰਦਰੇਸ਼ ਬੱਬੂ ਜੀ ਖੜ੍ਹੇ ਆ, ਸ਼ੈਰੀ ਕਲਸੀ ਖੜ੍ਹੇ ਆ, ਚਲੋ ਕਾਂਗਰਸ ਦਾ ਚਿਹਰਾ ਜੇ ਨਹੀਂ ਆਇਆ ਹੈ, ਅਕਾਲੀ ਦਲ ਦਲਜੀਤ ਚੀਮਾ ਖੜ੍ਹੇ ਆ, ਪਰ ਆਪਾਂ ਜਿਹੜੀ ਵੋਟ ਆ ਅਸੀਂ ਕੱਟੜ ਅਕਾਲੀ ਦਲ ਹਾਂ, ਅਸੀਂ ਅਕਾਲੀ ਦਲ ਨੂੰ ਵੋਟ ਪਾਵਾਂਗੇ, ਭਾਵੇਂ ਸਾਡੇ ਵੱਲੋਂ ਚਿਹਰਾ ਅਕਾਲੀ ਦਲ ਦਾ ਜਿਹੜਾ ਮਰਜ਼ੀ ਖੜ੍ਹਾ ਹੋਵੇ। ਹਾਂਜੀ, ਕੀ ਕਾਰਨ ਹੈ, ਕਿਉਂ ਅਕਾਲੀ ਦਲ ਨੂੰ ਪਾਉਣੀ ਹੈ? ਦੱਸਾਂ ਕਾਰਨ ਕੀ ਆ, ਕਾਰਨ ਅਸੀਂ ਸ਼ੁਰੂ ਤੋਂ ਮੁੱਢ ਤੋਂ ਅਕਾਲੀ ਦਲ ਆ, ਜਾਂ ਜਿਹੜੀ ਅਕਾਲੀ ਦਲ ਦੀ ਵੋਟ ਆ ਪਿੰਡਾਂ 'ਚੋਂ ਅਕਾਲੀ ਦਲ ਨੂੰ ਪੈਣੀ ਹੈ, ਜੇ ਕਾਂਗਰਸ ਦੀ ਵੋਟ ਭਾਅ ਜੀ ਕਾਂਗਰਸ ਨੂੰ ਪੈਣੀ ਆ, ਹੁਣ ਅਸੀਂ ਅਕਾਲੀ ਦਲ ਨੂੰ ਵੋਟ ਪਾਵਾਂਗੇ। ਹਾਂਜੀ, ਇਹ ਤੁਸੀਂ ਸੁਣਿਆ ਉਹਨਾਂ ਕਿਹਾ ਕਿ ਪੱਕੇ ਪਿੱਛੋਂ ਜਿਹੜੇ ਪੱਕੇ ਜਿਸ ਤਰ੍ਹਾਂ ਦੀ ਵੋਟਾਂ ਚੱਲਦੀਆਂ ਉਹਦੀ ਧੜੇ ਵਾਲੀ ਉਹਦੇ ਚੱਲਦੀ, ਕੀ ਮੰਨਦੇ ਹੋ, ਕੈਂਡੀਡੇਟ ਚੰਗਾ ਹੋਵੇ, ਪਾਰਟੀ ਚੰਗੀ ਹੋਵੇ, ਜਾਂ ਮੁੱਦੇ? ਸਭ ਕੁਝ ਭਾਅ ਜੀ, ਹਰ ਲੋਕ ਇਹ ਚਾਹੁੰਦਾ ਵੀ ਕੈਂਡੀਡੇਟ ਵੀ ਚੰਗਾ ਹੋਵੇ, ਪਾਰਟੀ ਵੀ ਚੰਗੀ ਹੋਵੇ, MLA ਵੀ ਚੰਗਾ ਹੋਵੇ, ਮੰਤਰੀ ਵੀ ਚੰਗਾ ਹੋਵੇ, ਪਰ ਆਪਾਂ ਅਕਾਲੀ ਦਲ ਨੂੰ ਵੀ ਵੋਟ ਪਾਵਾਂਗੇ। ਜਿਹੜਾ ਮੰਨਦੇ ਹੋ ਕਿ ਬਦਲਾਅ ਜਿਹੜਾ ਪਿੱਛੇ ਆਇਆ, ਬਦਲਾਅ ਹੋਇਆ ਕੋਈ? ਸਾਨੂੰ ਕੋਈ ਲੱਭਾ ਤਾਂ ਨਹੀਂ ਬਦਲਾਅ, ਬਾਕੀ ਸੜਕਾਂ ਦਾ ਵਿਕਾਸ ਹੋਇਆ ਜਿਹੜੀ ਗੱਲ ਹੈ ਵਾ, ਜੋ ਕੁਛ ਦੇਖਦਾ ਵਾ, ਬਾਕੀ ਨਸ਼ਾ ਤਾਂ ਪੰਜਾਬ 'ਚ ਉੱਦਾਂ ਹੀ ਆ, ਜਿਹੜੀ ਸੁਧਾਰਾਂ ਨੂੰ ਚਾਹੀਦਾ ਉਹ ਨਹੀਂ ਹੋਇਆ, ਨਸ਼ਿਆਂ ਦੇ ਨਾਲ ਬੱਚੇ ਤੁਹਾਨੂੰ ਪਤਾ ਮਰ ਰਹੇ ਆ, ਜੇਲ੍ਹਾਂ 'ਚ ਜਾ ਰਹੇ ਆ,
ਅਤੇ ਨਸ਼ੇ ਦਾ ਨਹੀਂ ਕੋਈ ਸੁਧਾਰ ਹੋਇਆ ਜਿਹੜਾ ਆਪਾਂ ਚਾਹੁੰਦੇ ਸੀ, ਜਿਹਦੇ ਕਰਕੇ ਆਪਾਂ ਬਦਲਾ ਲਈ ਵੋਟਾਂ ਪਾਈਆਂ ਵੀ ਨਸ਼ੇ ਦਾ ਸੁਧਾਰ ਹੋਵੇ, ਉਹ ਨਹੀਂ ਹੋਇਆ। ਬਿਲਕੁਲ ਵੱਡੀ ਗੱਲ ਕਹਿ ਰਹੇ ਹੋ ਕਿ ਨਸ਼ੇ ਦਾ ਜਿਹੜਾ ਹੈ ਉਹ ਜਿਹਦੇ ਕਰਕੇ ਵੋਟਾਂ ਪਈਆਂ ਸਨ ਇਹਨਾਂ ਨੂੰ, ਕਿ ਨਸ਼ੇ ਦਾ ਜਿਹੜਾ ਸੁਧਾਰ, ਨਸ਼ੇ ਦਾ ਸੁਧਾਰ ਨਹੀਂ ਹੋਇਆ, ਨਸ਼ਾ ਉੱਦਾਂ ਹੀ ਹੈ ਤੁਹਾਡੇ ਸਾਹਮਣੇ ਹੀ ਹੈ। ਇਸ ਕਰਕੇ ਤੁਸੀਂ ਆਪਣੀ ਖੇਤਰੀ ਪਾਰਟੀ ਨੂੰ ਜਿਹੜਾ ਉਹ ਪਾਓ? ਹਾਂਜੀ, ਆਪਾਂ ਅਕਾਲੀ ਦਲ ਹੀ ਹਾਂ ਸ਼ੁਰੂ ਤੋਂ। ਬਜ਼ੁਰਗੋ, ਕੀ ਮਨ ਦੇ ਵਿੱਚ ਆਉਂਦਾ, ਕੈਂਡੀਡੇਟ ਚੰਗਾ ਹੋਵੇ, ਪਾਰਟੀ ਚੰਗੀ ਹੁੰਦੀ, ਜਾਂ ਕੋਈ ਮੁੱਦੇ ਭਾਰੇ ਨੇ, ਜਾਂ ਕੋਈ ਵੋਟ ਜਿਹੜੀਆਂ ਫਿਰ ਆ ਗਈਆਂ ਨੇ, ਕਿਹਨੂੰ ਵੋਟ ਪਾਉਣ ਲੱਗਿਆ, ਜ਼ਹਿਨ ਦੇ ਵਿੱਚ ਕੀ ਹੈ? ਅਸੀਂ ਵੋਟ ਜਿਹੜੀ ਆ ਉਹ ਅਕਾਲੀ ਦਲ ਨੂੰ ਪਾਵਾਂਗੇ ਜੀ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੀ ਦੁਸ਼ਮਣ ਪਾਰਟੀ ਹੈ। ਅਸੀਂ ਜਿਹੜੀ ਪਾਰਟੀ ਜਿਹੜੀ ਆ ਪੰਜਾਬ ਵਾਸਤੇ ਚੰਗੀ ਜਿਹੜੀ ਹੈਗੀ ਆ ਉਸ ਪਾਰਟੀ ਨੂੰ ਅਸੀਂ ਪਾਵਾਂਗੇ, ਉਸ ਤੋਂ ਇਲਾਵਾ ਹੋਰ ਕਿਸੇ ਪਾਸੇ। ਆਮ ਆਦਮੀ ਪਾਰਟੀ ਨੇ ਵੀ ਸਾਡੇ ਨਾਲ ਜਿਹੜਾ ਬਹੁਤ ਜ਼ਿਆਦਾ ਧੋਖਾ ਕੀਤਾ, ਮੁਲਾਜ਼ਮਾਂ ਨਾਲ ਧੋਖਾ ਕੀਤਾ, ਕਿਸਾਨਾਂ ਨਾਲ ਧੋਖਾ ਕੀਤਾ, MSP ਬਾਰੇ ਵੀ ਉਹਨੇ ਕਹਿਤਾ ਵੀ ਅਸੀਂ ਨਹੀਂ ਦੇਵਾਂਗੇ। ਇਹੋ ਜਿਹੀ ਸਰਕਾਰਾਂ ਨੂੰ ਅਸੀਂ ਕੀ ਕਰਨਾ, ਅਤੇ ਕਦੇ ਵੀ ਇਹੋ ਜਿਹੀਆਂ ਸਰਕਾਰਾਂ ਵਾਸਤੇ ਹੀ ਸੋਚਾਂਗੇ। ਬਿਲਕੁਲ, ਇਹ ਤੁਸੀਂ ਸੁਣਿਆ, ਇਹ ਸਾਨੂੰ ਲੋਕਾਂ ਦੇ ਵਿਚਾਰ ਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਕੋਈ ਖੇਤਰੀ ਪਾਰਟੀ ਜਿਹੜੀ ਹੋਵੇ, ਜਿਹੜੀ ਸਾਡੀ ਗੱਲ ਸੁਣੇ, ਉਸ ਨੂੰ ਵੋਟ ਕਰਾਂਗੇ। ਜਿਹੜੀ ਇਹ ਪਹਿਲਾਂ ਲਾਰੇ ਲੱਗੇ ਨੇ ਜਾਂ ਪਹਿਲਾਂ ਜਿਹੜੇ ਕੋਈ ਲੋਲੀਪੋਪ ਦਿੱਤੇ ਨੇ, ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਵਫਾ ਨਹੀਂ ਹੋਏ, ਜਿਸ ਤੋਂ ਰੋਸ ਵਿੱਚੋਂ ਤੁਸੀਂ ਦੇਖਿਆ ਕਿ ਇਹ ਲੋਕ ਜਿਹੜੇ ਕਹਿ ਰਹੇ ਨੇ ਕਿ ਅਸੀਂ ਹੁਣ ਕੋਈ ਆਪਣੀ ਖੇਤਰੀ ਪਾਰਟੀ ਨੂੰ ਵੋਟ ਪਾਵਾਂਗੇ ਤਾਂ ਜੋ ਕਿ ਉਹਨਾਂ ਦੀ ਗੱਲ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਰੱਖੀ ਜਾ ਸਕੇ। ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ, PTC ਨਿਊਜ਼, ਗੁਰਦਾਸਪੁਰ।